دعا برای امام زمانہ بسم اللہ الرحمن الرحیم اللهم اعطنا وليك الحجة بن الحسن صلواتك عليه وعلى آبائه في هذه الساعة وفي كل ساعة من ساعة الليل والنهار وليا وحافظا وقائدا وناصرا ودليلا وعينا حتى تسكنه ارزقه ان وتمتعه فيها طويلا يا رب محمد وعلى محمد صلی علی محمد و آل محمد و آل محمد یا محمد. واجب سمجھ کے صلوات پڑھو. امام زمانہ دی آمد واسطے توڑ تک عزادار صلوات پڑھو. مل کے ایک نعرہ سناؤ لجپال امام دے نام دا بابا دے خدا سب تو پہلی دعا ہے کیونکہ زندگی گزر گئی ہے مظلوم دی نوکری چ جڑے چولن دی بارگاہ چاواں جتنے تائیں پہلے مظلوم دے آزادار کو دعا نہ کراں مجلس ہی شروع نہ کریں دا کہ تساں آزادار جو سارے حق دعا کریں دے وے سارے ہی حق بندا ہے اساں تہاڈے حق دعا کرو. زیادہ تھے سردار موسیٰ خان میں آکھے میں آکھے سہیں تو آکھو ڈاڑی جلدی ہے نا تا میں بیرانا تو سمپڑ بات فرم جی آ انہا فرمائے نا چاچائیں تو میں رات ہے تو پہلے پڑھ جی سب تو پہلی دعا ہے تسا مومنا عزاداراں دا ذکر پاک تے ٹور آیا ساری نوکری بانیان دا صفحہ ماتم بھی چھایا مسافر شام بی بی منظور و مقبول فرماؤ مجلس آج رتو کی تیری مہمان ہے بسم اللہ مجلس آج رتو کی تیری مہمان ہے چوڑا دی بار گاج کڑا دعا منگی مسافر شام بی بی تو سیدادا بی بی جڑا اکھی توارے رومن تو تھک پو من بس زدگی موقع ہے چا ساکو زدگی دی ضرورت نہیں جڑا لازہ تری غربت کو تری لٹی چادر کو اسا لرہ ہونا ہکا گال سنو موزے دی او دے بعد ہی کو لفظ ماتم دا اے نہیں مضمون سا کو نہیں آن دے دھیر آن دے جلے جھانگ دا ایک زوار کبیر زاکر مولی مرید عباس لنگے دا شگر دے فوت تھی گے رنگ پر کھڑا لے بیٹھے آسے کچھی آلے میں کون گال سنائی سرور خان میں گیاں زواری تے شام یارہ راتی بی بی دی قبر تے رہے ہیں یارہ دا دین اسہ ٹرنا ہا سارے زوار میرے جڑے نال ہیں سمپین میں ستا نہ بستر بن کے بی بی دی زری دو دہدہ بیٹھائیں
ਰੋਂਦਾ ਬੈਠਾ ਇਮਤਿਆ ਦਾ ਬੈਠਾ ਬੀਬੀ ਅਜੋ ਕੀ ਰਾਤ ਏ ਪਤਾ ਨਹੀਂ ਵਤ ਜੀਂਦਾ ਹੋਸਾਂ ਤਾਂ ਵਲਸਾਂ ਬੀਬੀ ਅੱਜ ਰਾਤ ਮੈਂ ਸਮਝਾ ਨਾ ਮੈਂ ਤੇਰੀ ਜ਼ਰੀ ਤੋਂ ਦੇਖਾ ਹੀ ਬੈਠਾ ਤੇ ਬੀਬੀ ਮੈਂ ਰੋਵਾਂ ਹੀ ਬੈਠਾ ਅਲਮ ਅੱਬਾਸ ਦਾ ਮੇਰੇ ਸਾਹਮਣੇ ਮੈਂ ਕਹਾਂ ਦੇ ਸਰਵਰ ਖਾਨ ਰਾਤ ਢਲਦੀ ਪਈ ਆਈ ਸੈਣ ਦਾ ਖੁਦਾਮ ਭਜਦਾ ਹੈ ਸਾਡੇ ਕਾਫਲੇ ਚਾ ਕੇ ਹਕਲ ਮਾਰੀ ਇਸ ਜ਼ਿਲ੍ਹੇ ਝੰਗ ਦਾ ਕਬੀਰ ਜ਼ਵਾਰ ਕਿਹੜਾ ਹੈ ਮੈਂ ਉੱਠਾ ਸਾਈਂ ਮੈਂ ਆਉਂ ਆ ਤੂੰ ਏ ਤੈਕੂੰ ਆਲੀਆ ਬੀਬੀ ਦਾ ਹੁਕਮ ਏ ਬੀਬੀ ਪਈ ਆਦੀ ਆਈ ਮੇਰੀ ਜ਼ਰੀ ਤੇ ਆ ਕੇ ਮੇਰੇ ਭਰਾ ਹੁਸੈਨ ਦੀ ਖੈਮਿਆਂ ਦੀ ਤਿਆਰੀ ਤੂੰ ਗਿਣ ਕੇ ਸ਼ਹਾਦਤ ਆਈ ਮੈਂ ਮਜ਼ਮੂਨ ਸੁਣਾ ਰੋਵਣ ਤੇਰੇ ਆਪਣੇ ਨਸੀਬ ਦੇ ਆਦੇ ਮੈਂ ਖੁਸ਼ ਨਸੀਬ ਐਂ ਭੱਜ ਪੀਆਂ ਬਸ਼ੀਰੋਂ ਜਿਵੇਂ ਆਦੇ ਭੱਜ ਪੀਆਂ ਜ਼ਰੀ ਤੇ ਗਈਆਂ ਮੈਂ ਮਜ਼ਮੂਨ ਸ਼ੁਰੂ ਕਰ ਦਿੱਤਾ ਏ ਗੱਛੀ ਵਾਲੇ ਇੱਥਾਂ ਮੈਂ ਪੁੱਛਾ ਮਾਂ ਕੇ ਜ਼ਵਾਰ ਏ ਦੱਸਦਾ ਕੁਝ ਸੈਣ ਦਾ ਹੁਕਮ ਥੀ ਆ ਕੋਈ ਰੋਵਣ ਵਾਲਾ ਹੀ ਹਾ ਇੱਥਾਂ ਉਹਦੀ ਢਾਲ ਲਿਖਤੀ ਆਦੇ ਇਹ ਗੱਲ ਤਾਂ ਨਾ ਪੁੱਛਿਆ ਮੈਂ ਅੱਗੇ ਪੁੱਛਣ ਵਾਲੀ ਇਹ ਗੱਲ ਹੈ ਆਦੇ ਖਾਨ ਸਾਹਿਬ ਜਿਹੜੇ ਲਈ ਮੈਂ ਮਜ਼ਮੂਨ ਸ਼ੁਰੂ ਕੀਤਾ ਨਾ ਕਬਰ ਚੁਤਰਾਏ ਵੈਣ ਸ਼ੁਰੂ ਠੀਕ ਪਹਿਲਾ ਵੈਣਾ ਦਾ ਹੈ ਉਹ ਮੇਰਾ ਬੇਗੁਨਾਹ ਕੁੱਠਾ ਹੁਸੈਨ ਦੂਜਾ ਵੈਣਾ ਦਾ ਹੈ ਉਹ ਮੇਰਾ ਬੇਕਫਨ ਤੇ ਬੇਦਫਨ ਹੁਸੈਨ ਤੀਜਾ ਵੈਣਾ ਦਾ ਹੈ ਉਹ ਮੇਰਾ ਤ੍ਰੀ ਨੀਹਾਂ ਦਾ ਤਸਾ ਹੁਸੈਨ ਜਿਤਨੇ ਤਾਈਂ ਮੈਂ ਕੋ ਮਜ਼ਮੂਨ ਯਾਦ ਹਾਂ ਮੈਂ ਪੜ੍ਹੇ ਬੀਬੀ ਮੈਂ ਕੋ ਇਹੋ ਕੋ ਯਾਦ ਆ ਆਪਣੀ ਜਾਹ ਤੇ ਆ ਬੈਠਾ ਸੈਣ ਦਾ ਖੁਦਾਮ ਭਜਦਾ ਹੈ ਨਿਆਜ਼ ਚਾਈ ਵਧਦਾ ਹਾ ਆ ਬਾਬਾ ਤੇਰੀ ਨਿਆਜ਼ ਹੈ ਮਾਂ ਕੇ ਸਾਈਂ ਸੈਣ ਕੋ ਆਪਣੇ ਤਸੇ ਬਿਰਾ ਦਾ ਜ਼ਿਕਰ ਸੁਣਾ ਕੇ ਨਿਆਜ਼ ਗਿਨਾ ਮੈਂ ਨਾ ਗਿਨ ਸਾ ਉਹ ਭੱਜ ਪੇ ਪਿੱਛਾ ਚਿੱਟ ਲਿਖ ਕੇ ਜ਼ਰੀ ਤੇ ਰੱਖੈਸ ਪੰਜ ਮਿੰਟ ਬਾਅਦ ਚਾਇਸ ਦੂਜੇ ਪਾਸੋਂ ਲਿਖੀਚ ਕੇ ਆਇਆ ਪਿਆ ਜ਼ਵਾਰ ਮੈਂ ਇਹਦੀ ਗਰੀਬ ਨਾ ਮੈਂ ਇਹਦੀ ਗਰੀਬ ਨਾ ਜਿੱਥਾਂ ਮੇਰਾ ਬਿਰਾ ਹੁਸੈਨ ਤੋਂ ਅੱਗੋਂ ਨਿਆਜ਼ਾਂ ਦੇ ਸਕਦਾ ਹੈ ਮੈਂ ਉਹਦੀ ਭੇਣ ਨਾ ਦੇ ਸਕਦੀ ਖਾਨ ਸਾਹਿਬ ਉਹ ਨਿਆਜ਼ ਕੀਤੀ 60 ਰੁਪਈਆ ਊਂ ਇਲਾਕੇ ਦਾ ਉੱਤਾਂ ਤਬਦੀਲ ਲਿਮ ਕਰਾਇਆ ਘਰ ਗਿਨਾਇਆ ਬੈਸੇ ਬਰਕਤ ਸਮੇਤ ਕੇ ਸੈਣ ਦੇ ਹਾਥੀ ਦਿੱਤੀ ਹੋਈ ਨਿਆਜ਼ ਮੈਂ ਘਰ 'ਚ ਰੱਖੀ ਹੋਈ ਕੱਚੀ ਵਾਲੇ ਮੇਰੇ ਗੱਲ ਕਰਨ ਦਾ ਇਹ ਮਕਸਦ ਆ ਤੂੰ ਕਿਹਾ ਦੇ ਜਰੀਆਂ ਦੀ ਦੁਨੀਆ ਤੋਂ ਟੁਰ ਗਈ ਹੈ ਸੁੱਤੀ ਪਈ ਹੈ ਮੇਰਾ ਇਮਾਨ ਹੈ ਅਜੇ ਹੀ ਕਬਰ ਝੂਠੀ ਕੇ ਆਦੀ ਬੈਠੀ ਹੋ ਸੀ ਮੈਂ ਕੋ ਨਹੀਂ ਭੁੱਲਦਾ ਤੇਰਾ ਭੱਜਦੇ ਘੋੜੇ ਤੋਂ ਬਸ ਇੱਕੋ ਲਫ਼ਜ਼ ਮੇਰੀ ਹਾਜ਼ਰੀ ਹੋ ਗਈ ਮੈਦਾਨ ਵਿੱਚ ਬਹਿ ਕੇ ਬੈਠਾ ਦੇ ਲੋਗੋ ਹੁਣ ਮੈਂ ਗਰੀਬ ਜਿਵੇਂ ਮਰਦੀ ਆਦੀ ਨੇ ਪੱਥਰ ਮਾਰੋ ਮੈਂ ਲਾਜ਼ੇ ਦਾ ਮਹਿਮਾਨ ਪਰ ਅੱਜ ਲੱਭਣ ਵਾਲਾ ਮੇਰਾ ਰਿਹਾ ਕੋਈ ਨਹੀਂ ਕੱਚੀ ਵਾਲੇ ਗਰੀਬ ਸਦਾਇਸ ਦੁਆ ਮੰਗਦਾ ਹਰ ਰਜ਼ਾਦਾਰ ਕੋ ਦੁਆ ਕਰੇਗਾ ਲਾਡਾ ਪੁੱਤਰ ਨੇ ਵੀ ਇੱਕ ਧੀ ਜ਼ਰੂਰ ਹੋਵੇ ਧੀ ਮੇਰੀ ਅੱਲਾ ਦੀ ਰਹਿਮਤ ਏ ਧੀ ਨਿਮਾਣੀ ਰਾਖੀ ਏ ਪੂ ਦੁਨੀਆ ਤੂੰ ਟੁਰਦਾ ਪਿਓ ਹੋਵੇ ਪੁੱਤਰ ਪਰੇ ਰੋਸੀ ਪੁੱਤਰ ਜਾਇਦਾਦ ਦਾ ਵਾਰਸ ਧੀ ਮੰਜੀ ਦੀ ਵਾਰਸ ਸਾਰੀ ਰਾਤ ਧੀ ਕੋ ਨਿੰਦਰ ਨਹੀਂ ਆਉਂਦੀ ਮੰਜੀ ਦਾ ਪਾਵਾ ਨੱਪ ਕੇ ਆਦੀ ਬੈਠੀ ਆਉਂਦੀ ਅੱਧੇ ਵਾਲੀ ਮੌਤ ਮੈਂ ਗੁਆ ਬੰਨਿਆ ਮੇਰਾ ਗਰੀਬ ਬਾਬਾ ਤੇਰੇ ਪੁੱਤਰਾਂ ਦੀ ਮਰਜ਼ੀ ਤੇਰੇ ਬਾਦ ਮੈਂ ਕੋ ਕੋ ਜਾਣੇ 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 ਮੇਰਾ ਗਰੀਬ ਬਾਬਾ ਓ ਬਾਬਾ ਮੈਂ ਹੁਣ ਤੇਰੇ ਗਰੀਬ ਆਸਾ ਜਿਵੇਂ ਮਹਿਮਾਨ ਆਂਦੇ ਨਾ ਮੇਰਾ ਗਰੀਬ ਬਾਬਾ ਸਦਕੇ ਥੀ ਬੋਵਾ ਗਰੀਬ ਸਦਾਇਸ ਹਰ ਗਈ ਤੂੰ ਪਹਿਲੇ ਪਹਿਲੇ 4 ਸਾਲ ਦੀ ਧੀ ਉੱਠੀ ਫੁੱਫੀ ਦਾ ਹੱਥ ਨਾਪ ਕੇ ਆਦੀ ਤੂੰ ਰਾਤ ਦਾ ਬੈਠੇ ਮੈਂ ਗਰੀਬ ਕੱਚੀ ਵਾਲੇ ਨੂੰ ਫੁੱਫੀ ਬਦਰੀ ਜੀ ਟੁਰ ਪਈ
ਭੀੜ ਦੀ ਹੱਥ ਸੱਜਣ ਕਦਮ ਤੇ ਮੁੱਕ ਗਈ ਏ ਕੱਚੀ ਵਾਲੇ ਜੇ ਤਾਂ ਭੀੜ ਰੁਕ ਗਈ ਏ ਉਤੋਂ ਚੌਂ ਸਾਲਾਂ ਦੀ ਧੀ ਟੁਰ ਜੁਲੀ ਅਗਲੇ ਮਾਰ ਕੇ ਵਧੀਆ ਦੀ ਗੁਲੇ ਦੀ ਵਧੀਆ ਯਵੇ ਰਾਤਰੀ ਨੇ ਆਦਾ ਤਸਾ ਬਾਬਾ ਬਾਬਾ ਲਦੀ ਕੋਈ ਗਵਾਰੀ ਲੱਭ ਪਵਿਆ ਮੈਂ ਗੁਫਾ ਚ ਨਹੀਂ ਦਿਸਦਾ ਦਿਸਦਾ ਮੈਂ ਗਰੀਬ ਬਾਬਾ ਆਦੇ ਗੁਲੇ ਦੀ ਵਧੀਆ ਜੀ ਗਵਾਰੀ ਲੱਭ ਪਵੇ ਨਾ ਕਹੀਂ ਕੁ ਗੁਜਰਾ ਖੜਾ ਲ ਆ ਖੜਾ ਲ ਬਾਬਾ ਗਰੀਬ ਸਦਾਇਸ ਪਿਉ ਦੇ ਨਾ ਹੱਗਲ ਮਾਰੀ ਇਵੇਂ ਛਬੀਆਂ ਲੈ ਵਧੇ ਬਣਾਉਂਦੇ ਸਜਦਾ ਘੋੜਾ ਚੱਕਰ ਵਧਾ ਲੈਂਦਾ ਘੋੜੇ ਦੇ ਕੰਨਾਂ ਤੇ ਆਵਾਜ਼ ਆਈ ਆਪਣੀ ਦਬਾਨ ਚਾਹਦੀ ਅਕਬਰ ਦਾ ਪਿਉ ਤੀਰ ਆਪਣੀ ਆਪ ਚੱਲੇ ਪੱਥਰ ਆਪਣੀ ਆਪ ਚੱਲੇ ਤੇਰੀ ਧੀ ਰੁਲ ਗਈ ਏ ਮੈਂ ਤੇਰੀ ਧੀ ਕੋ ਕਿੰਨਣ ਵੇਲਾ ਘੋੜਾ ਭੱਜਦਾ ਹੈ ਘੋੜੇ ਗੁੱਡ ਠਵੀ ਵੀ ਦੀਆਂ ਬਾਂਹ ਵੱਧ ਗਈ ਅੱਗਲ ਮਾਰ ਗਿਆ ਦੀਆਂ ਦਿੱਖਾਂ ਟੂਰਾ ਮੈਂ ਗੁਬਾ ਬਨ ਵੀ ਲੱਭਦਾ ਲੱਭਦਾ ਮੈਂ ਪਿਉ ਗੁਗਲੇ ਦੀ ਵਧੀਆ ਮੈਂ ਗੁਬਾ ਬਨ ਵੀ ਲੱਭਦਾ ਲੱਭਦਾ ਮੈਂ ਗੋਲਾ ਮੈਂ ਗੁਬਾ ਬਾ ਗੋਲ ਦੇਵਿਆ ਮੈਂ ਗੁਫਾ ਦੇ ਜੁਬਾ ਬਾ ਨਹੀਂ ਲੱਭਦਾ ਤੁਹਾਡੇ ਆਖਣ ਤੇ ਮੈਂ ਵੱਲ ਪੜਦਾ ਕੋਈ ਰੋਵੇ ਜਾਨਾ ਰੋਵੇ ਉਹ ਮੰਗੋ ਦੁਆ ਚਲ ਕਤਲ ਦੇ ਵੇਲੇ ਧੀ ਪਿਉ ਦੇ ਕੋਲ ਨਾ ਉਹ ਮੰਗੋ ਦੁਆ ਚਲ ਕਤਲ ਦੇ ਵੇਲੇ ਧੀ ਪਿਉ ਦੇ ਕੋਲ ਨਾ ਹੋਵੇ